ਦਿੱਤਾ ਸੀ ਕਿ 6 ਬਾਗੀ ਵਿਧਾਇਕਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ। ਹਿਮਾਚਲ ਪ੍ਰਦੇਸ਼ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਰਾਜ ਸਭਾ ਚੋਣਾਂ ਦੇ ਵਿੱਚ ਬਗਾਵਤ ਕਰਨ ਵਾਲੇ 6 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਦਲ ਬਦਲ ਵਿਰੋਧੀ ਕਾਨੂੰਨ ਤਹਿਤ 6 ਵਿਧਾਇਕਾਂ ਵਿਰੁੱਧ ਸ਼ਿਕਾਇਤ ਦੇ ਆਧਾਰ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਸਪੀਕਰ ਕੁਲਦੀਪ ਪਠਾਨੀਆ ਦੇ ਵੱਲੋਂ ਵੀ ਕਿਹਾ ਗਿਆ ਕਿ ਵਿਧਾਇਕਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜੀ ਪਰ ਪਾਰਟੀ ਦੀ ਉਲੰਘਣਾ ਕੀਤੀ ਹੈ ਪਰ ਵੋਟ ਨਹੀਂ ਪਾਈ। ਮੈਂ ਸਾਰੇ ਪੱਖ ਸੁਣੇ, ਆਰਡਰ ਦੇ 30 ਪੰਨੇ ਨੇ, ਮਾਣਯੋਗ ਇਸ ਮਾਮਲੇ ਤੇ ਪੂਰੀ ਸੁਣਵਾਈ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਦੋਵਾਂ ਧਿਰਾਂ ਦਾ ਪੱਖ ਸੁਣਿਆ ਗਿਆ, ਅਯੋਗ ਕਰਾਰ ਵਿਧਾਇਕਾਂ ਨੂੰ ਦੇ ਦਿੱਤਾ ਗਿਆ, 6 ਬਾਗੀ ਵਿਧਾਇਕਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ। ਇਹਨਾਂ ਵਿਧਾਇਕਾਂ ਦੇ ਵਿੱਚ ਸੁਧੀਰ ਸ਼ਰਮਾ, ਰਵੀ ਠਾਕੁਰ, ਰਜਿੰਦਰ ਸਿੰਘ ਰਾਣਾ, ਚੇਤਨਿਆ ਸ਼ਰਮਾ, ਦਵਿੰਦਰ, ਇੰਦਰ ਦੱਤ, ਲਖਨਪਾਲ ਸ਼ਾਮਿਲ ਨੇ। 6 ਵਿਧਾਇਕਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ। ਸੋ ਕੱਲ ਵੀ ਲਗਾਤਾਰ ਹਿਮਾਚਲ ਸਿਆਸਤ ਦੇ ਵਿੱਚ ਵੱਡਾ ਭੂਚਾਲ ਦੇਖਣ ਨੂੰ ਮਿਲ ਰਿਹਾ ਸੀ ਤੇ ਹੁਣ ਫਿਰ ਹਿਮਾਚਲ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਰਾਜ ਸਭਾ ਸੀਟ ਦੇ ਲਈ ਚੋਣ ਹੋਈ, ਜਿਸ ਨੂੰ ਜਿੱਤਣ ਦੇ ਲਈ 35 ਵਿਧਾਇਕਾਂ ਦੀਆਂ ਵੋਟਾਂ ਦੀ ਲੋੜ ਸੀ। ਕਾਂਗਰਸ ਦੇ 40 ਵਿਧਾਇਕ ਹਨ। ਇਸ ਦੇ ਲਈ ਪਾਰਟੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਸੀ ਤੇ ਇੱਥੇ ਭਾਜਪਾ ਦੇ 25 ਵਿਧਾਇਕ ਨੇ, ਉਹਨਾਂ ਦੇ ਕੋਲ 10 ਵੋਟਾਂ ਘੱਟ ਸੀ। ਫਿਰ ਵੀ ਪਾਰਟੀ ਨੇ ਹਰਸ ਮਹਾਜਨ ਨੂੰ ਆਪਣਾ ਉਮੀਦਵਾਰ ਬਣਾਇਆ। ਜਦੋਂ ਚੋਣਾਂ ਹੋਈਆਂ ਤਾਂ ਕਾਂਗਰਸ ਦੇ 6 ਵਿਧਾਇਕਾਂ ਨੇ ਕ੍ਰੋਸ ਵੋਟਿੰਗ ਕੀਤੀ, 3 ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਉਮੀਦਵਾਰ ਦੇ ਸਮਰਥਨ ਦੇ ਵਿੱਚ ਵੋਟ ਪਾਈ, ਜਿਸ ਦੇ ਕਾਰਨ ਭਾਜਪਾ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਉਮੀਦਵਾਰ ਨੂੰ 34-34 ਵੋਟਾਂ ਮਿਲੀਆਂ ਤੇ ਉਸ ਤੋਂ ਬਾਅਦ ਫੈਸਲਾ ਤੈਅ ਹੁੰਦਾ ਹੈ, ਜਿਸ ਦੇ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਜਿਹੜਾ ਜੇਤੂ ਕਰਾ ਦਿੱਤਾ ਜਾਂਦਾ ਤੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਿਮਾਚਲ ਦੀ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ। ਜਿਹੜੇ 6 ਬਾਗੀ ਵਿਧਾਇਕ ਸੀ ਤੇ ਉਹਨਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ, ਬਾਕੀ MLA ਦੀਆਂ ਜਿਹੜੀਆਂ ਮੈਂਬਰਸ਼ਿਪ ਰੱਦ ਕਰ ਦਿੱਤੀਆਂ ਗਈਆਂ ਨੇ। ਦਲ ਬਦਲ ਕਾਨੂੰਨ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ, ਵਿਧਾਨ ਸਭਾ ਸਪੀਕਰ ਦੇ ਵੱਲੋਂ ਐਲਾਨ ਕੀਤਾ ਗਿਆ। ਸੋ ਲਗਾਤਾਰ ਹਿਮਾਚਲ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਵੱਡੇ ਭੂਚਾਲ ਦੇਖਣ ਨੂੰ ਮਿਲ ਰਹੇ ਨੇ ਤੇ ਇੱਕ ਵਾਰ ਫਿਰ ਵੱਡਾ ਝਟਕਾ ਇਹਨਾਂ ਵਿਧਾਇਕਾਂ ਨੂੰ ਲੱਗਿਆ ਜਦੋਂ ਇਹਨਾਂ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ। ਕੀ ਐਂਟੀ ਡਿਫੈਕਸ਼ਨ ਲਾਅ ਦੇ ਤਹਿਤ ਜੋ ਪਟੀਸ਼ਨਸ 6 ਮਾਨਨੀਯ ਵਿਧਾਇਕੋ ਕੇ ਖਿਲਾਫ ਹਮਾਰੇ ਜੋ ਕੰਪਲੇਨੈਂਟ ਹੈ ਸ਼੍ਰੀ ਹਰਸ਼ਵਰਧਨ ਚੌਹਾਨ ਜੀ, ਜੋ ਪਾਰਲੀਮੈਂਟਰੀ ਅਫੇਅਰ ਮਿਨਿਸਟਰ ਵੀ ਹੈ, ਕਿ ਮਾਧਿਅਮ ਸੇ ਹਮਾਰੇ ਸੈਕਰੇਟਰੀਏਟ ਕੋ ਮਿਲੀ ਔਰ ਮੁਝੇ ਨਾਟ ਐਜ਼ ਏ ਅਧਿਅਕਸ਼ ਬਟ ਐਜ਼ ਏ ਚੇਅਰਮੈਨ ਆਫ ਦੀ ਟ੍ਰਿਬਿਊਨਲ, ਕਿਉਂਕਿ ਸੁਪਰੀਮ ਕੋਰਟ ਕਾ ਜਜਮੈਂਟ ਹੈ ਕਿ ਵੈਨ ਸਪੀਕਰ ਐਕਟਸ ਅੰਡਰ ਦਾ 10th ਸ਼ਡਿਊਲ ਦੈਨ ਹੀ ਡਜ਼ਨਟ ਇੰਜੋਇਸ ਦੀ ਪਾਵਰਸ ਐਂਡ ਪ੍ਰਿਵਿਲੇਜਿਸ ਆਫ ਸਪੀਕਰ ਬਟ ਹਿਸ ਪੋਜੀਸ਼ਨ ਇਜ਼ ਐਜ ਏ ਟ੍ਰਾਈਬੂਨਲ, ਦਿਸ ਇਜ਼ ਏ ਟ੍ਰਾਈਬੂਨਲ ਐਂਡ ਹੇਅਰ ਆਈ ਐਮ ਇਨ ਦਾ ਸ਼ੇਪ ਆਫ ਏ ਟ੍ਰਾਈਬੂਨਲ ਜੱਜ ਔਰ ਵਟ ਐਵਰ ਯੂ ਵਾਂਟ ਟੂ ਸੇ ਐਂਡ ਹੇਅਰ ਇਜ਼ ਅ ਰਜਿਸਟਰਾਰ ਮਾਈ ਸੈਕਰੇਟਰੀ। ਸੋ ਦਿਸ ਪ੍ਰੋਨਾਊਂਸਮੈਂਟ ਇਜ਼ ਇਨ ਰੈਫਰੈਂਸ ਟੂ ਦੋਜ਼ ਓਬਜ਼ਰਵੇਸ਼ਨਸ
made by the Honorable Supreme Court and the various high courts in the various judgments. ये जो छह माननीय हमारे हैं जिन्होंने चुनाव तो कांग्रेस पार्टी से लड़ा और जो एंटी डिफेक्शन लॉ के जो प्रोविजंस है जो इस पटीशन जो मेरे पास दायर हुई उसके प्रोविजन उन्होंने अपने खिलाफ अट्रैक्ट किए और उसी के ही संदर्भ में ये पटीशन यहां पर जो है पार्लियामेंट्री अफेयर मिनिस्टर के माध्यम से हुई और मेरा जो ऑर्डर है ये बहुत एलैबोरेट है एग्जॉस्टिव है और लगभग इसके 30 पेज हैं जिसमें मैंने जो कल माननीय जो हमारे लर्नड एडवोकेट्स फ्रॉम द सुप्रीम कोर्ट फ्रॉम द हाई कोर्ट फॉर पटिशनर एंड रिस्पोंडेंट अपेयर हुए उनको मैंने पूरी हियरिंग दी एग्जॉस्टिव हियरिंग लॉयर्स जो थे वो बार बार पेशाब करने जा रहे थे मैं बैठा रहा और मैंने कहा आई विल बी हियरिंग यू इफ यू वांट टू कंटिन्यू विद योर आर्गुमेंट्स अप टू 8 o'clock 9 o'clock 10 o'clock 11 o'clock 12 o'clock से कंक्लूडेड द आर्गुमेंट्स एट 6 o'clock इट स्टार्टेड एट 4 o'clock एंड वन एडवोकेट टुक 1 hour and 10 minutes अदर टुक नियरली 1 hour एग्जॉस्टिवली दे वर हर्ड द रिकॉर्ड वॉज प्रोड्यूस्ड देर वॉज बिकॉज मिस्टर जैन वॉज टाइम एंड अगेन रेफरिंग टू कि यू शुड बी गिवन मोर टाइम मैं कह देर इज नो नीड टू गिव मोर टाइम रीजन बींग इट इज अ मैटर ऑफ रिकॉर्ड द पटिशन डिस्क्लोजेज दैट द 6 मेंबर्स वेन द पार्टी हैज इश्यूड ए व्हिप टू देम दे डिफाइड द व्हिप एंड वेदर इट अट्रैक्ट्स द प्रोविजन्स ऑफ द एंटी डिफेक्शन लॉ और नॉट दिस पॉइंट आई हैव टू सी एंड इट इज अ मैटर ऑफ रिकॉर्ड The honorable members, they were present here. They have marked their presence in the Vidhan Sabha register that we have seen. That is a part of the record also. And when these cut motions and the demands were put to vote, they were not inside. Yesterday also the finance bill, when it was presented in the house, and it was to be passed, they were not there in the house. So they had defied the whip. And they have attracted the provisions of the anti-defection law and my the judgment part is and you can ask further questions also consequently after this I hold that the respondents have incurred disqualification under para 2 1 clause 1 sub clause a of the 10th schedule and therefore I hold and declare That respondent number 126 ceased to be member of Himachal Pradesh Legislative Assembly with immediate effects.